दिल्ली दे सरकारी हस्पतालां विच VIP कल्चर खत्म होवेगा। मुख्यमंत्री अरविंद केजरीवाल ने हुक्म दिता है कि सरकारी हस्पतालां विच प्राइवेट कमरे नहीं दिते जाएंगे। हस्पतालां विच हुण सारे नागरिकां नूं इक्को जिहा इलाज मिलेगा। दस्सणयोग है कि दिल्ली दे हस्पतालां विच भीड़ कारण मरीजां नूं वड्डी परेशानी दा सामना करना पैंदा है। रसोक वाले लोग तां हस्पताल विच प्राइवेट कमरा लै लैंदे ने, पर आम बंदे लई अजिहा कोई प्रबंध नहीं है। इस लई सरकार ने फैसला लिया है कि सब नूं बराबर सहूलतां मिलणगियां। स्कूल शिक्षा विभाग DSE पंजाब सरकार ने राज दे स्कूल डिप्टी कमिश्नरां नूं वोटर फेडरेशन प्रोग्राम तहत BLO ड्यूटियां तो अध्यापकां नूं छोड़ देने दे निर्देश दिते हन। विभाग ने अकादमिक सीजन नूं ध्यान विच रखदिआं बच्चां दी पढ़ाई ते बुरा असर पैण दे मद्देनजर इह फैसला लिया गया है। फतेहगढ़ साहब च 14 साला नाबालिग नाल जबर जनाह दा मामला सामने आया है। इल्जाम 40 साला गुआंढी उत्ते ही लगे ने, जो पीड़िता नूं घरे बुला के जबर जनाह करदा सी। जदों पीड़ित वल्लों परिवार नूं सारी गल दसी गई तां परिवार ने पुलिस नूं शिकायत कीती। पुलिस ने परिवारां दे बयानां दे आधार ते मुलजम खिलाफ मामला दर्ज करके अगली कारवाई आरंभ कर दिती है। पीड़ित परिवार दे नाल समाजिक जथेबंदियां वी अगे आईयां हन, जिन्हां मुलजम खिलाफ सख्त तों सख्त कारवाई दी मांग कीती है। ਇਹ ਬਲਾਤਕਾਰ ਨਹੀਂ ਹੈ, ਇਹ ਤਾਂ ਸਾਡੀ ਸ਼ਹੀਦਾਂ ਦੀ ਧਰਤੀ ਤੇ ਇੱਕ ਤਰ੍ਹਾਂ ਦਾ ਕਲੰਕ ਹੈ। ਔਰ ਉਹਦੀਆਂ ਆਪਣੀਆਂ ਵੀ ਕੁੜੀਆਂ ਨੇ, ਕੀ ਗੱਲ ਉਹਨੂੰ ਆਪਣੀਆਂ ਕੁੜੀਆਂ ਧਿਆਨ ਚ ਨਹੀਂ ਆਈਆਂ ਜਦੋਂ ਇਸ 14 ਸਾਲ ਦੀ ਬੱਚੀ ਨਾਲ ਉਹਨੇ ਬਲਾਤਕਾਰ ਕੀਤਾ। ਇਸ ਕਰਕੇ ਸਾਡੀ ਸਿਫਤਾਂ ਕਨੀ ਤੋਂ, ਸਾਡੇ ਸਾਰਾ ਕਨੀ ਤੋਂ ਇਹੀ ਅਪੀਲ ਹੈ ਕਿ ਇਹ ਬੰਦੇ ਤੋਂ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ ਔਰ ਚੌਂਕ 'ਚ ਖੜ ਕੇ ਇਹਨੂੰ ਗੋਲੀ ਮਾਰ ਦੇਣੀ ਚਾਹੀਦੀ ਤਾਂ ਜੋ ਹੋਰ ਸਮਾਜ ਨੂੰ ਸਿੱਧੀ ਸੇਧ ਦਾ ਮੈਸੇਜ ਜਾਵੇ। 14 ਸਾਲ ਦੀ ਸਟੂਡੈਂਟ ਕੇਸ ਹੈ, ਰੇਪ ਕੇਸ ਸੀਗਾ ਜਿਹਦਾ ਐਗਜ਼ਾਮੀਨੇਸ਼ਨ ਹੋ ਚੁੱਕੀ ਹੈ ਤੇ ਉਹਨੂੰ ਐਡਮਿਟ ਕਰ ਲਿਆ ਇਸ ਕੇਸ ਦੇ ਵਿੱਚ ਨਾ। ਇਹ ਲੜਕੀ ਦੇ ਚਾਚਾ ਜੀ ਨੇ ਆ ਕੇ ਸਾਨੂੰ ਸਟੇਟਮੈਂਟ ਦਿੱਤੀ ਕਿ ਉਹਦੀ ਭਤੀਜੀ ਨਾਲ ਕੁਛ ਇਸ ਤਰ੍ਹਾਂ ਦਾ ਹੋਇਆ। ਰਾਜਾ ਰਜਿੰਦਰ ਸਿੰਘ ਉਰਫ ਰਾਜਾ ਜਿਹੜਾ ਇਹਨਾਂ ਦਾ ਗਵਾਂਢੀ ਆ, ਉਹਨੇ ਲੜਕੀ ਨਾਲ ਗਲਤ ਕੰਮ ਕੀਤਾ, ਉਹਦੇ ਰਿਗਾਰਡਿੰਗ ਮੁਕੱਦਮਾ ਦਰਜ ਕੀਤਾ। ਪੰਜਾਬ 'ਚ ਟਰੈਵਲ ਏਜੰਟਾਂ ਦਾ ਫਰਜ਼ੀਵਾੜਾ ਜਾਰੀ ਹੈ। ਫਿਰੋਜ਼ਪੁਰ 'ਚ ਧੋਖਾਧੜੀ ਦਾ ਸ਼ਿਕਾਰ ਇੱਕ ਸ਼ਖਸ ਨੇ ਖੁਦਕੁਸ਼ੀ ਕੀਤੀ। ਭਵਾਨੀਗੜ੍ਹ ਵਿੱਚ ਵੀ ਇੱਕ ਨੌਜਵਾਨ ਨੇ ਕੀਤੀ ਜਾਨ ਦੇਣ ਦੀ ਕੋਸ਼ਿਸ਼। ਫਿਰੋਜ਼ਪੁਰ ਦੇ ਪਿੰਡ ਬਾਰੇਕੇ 'ਚ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਲੜਕੀ ਨੇ ਮੋਗਾ ਦੇ ਏਜੰਟ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 5 ਲੱਖ ਰੁਪਏ ਦਿੱਤੇ ਸਨ, ਪਰ ਏਜੰਟ ਨੇ ਉਸ ਨੂੰ ਇੱਕ ਮਹੀਨਾ ਦਿੱਲੀ ਤੇ ਮੋਗਾ ਘੁਮਾ ਕੇ ਵਾਪਸ ਘਰ ਭੇਜ ਦਿੱਤਾ। ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਉਹਨਾਂ ਦੇ ਬੇਟੇ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪੀੜਤ ਪਰਿਵਾਰ ਨੇ ਏਜੰਟ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਭਵਾਨੀਗੜ੍ਹ ਦੇ ਪਿੰਡ ਫਤਿਹਗੜ੍ਹ ਚੰਨਾ 'ਚ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਕੀਟਨਾਸ਼ਕ ਦਵਾਈ ਪੀ ਲਈ, ਜਿਸ ਨੂੰ ਗੰਭੀਰ ਹਾਲਤ ਵਿੱਚ ਰਜਿੰਦਰਾ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਡਾਕਟਰਾਂ ਮੁਤਾਬਿਕ ਨੌਜਵਾਨ ਕੋਮਾ 'ਚ ਚਲਾ ਗਿਆ ਹੈ। 5 ਲੱਖ ਬਾਹਰ ਭੇਜਣਾ ਸੀ। ਹਾਂਜੀ, ਜਿਹਨੂੰ ਦਿੱਲੀ ਦੇ ਵਿੱਚ ਲਈ ਫਿਰ ਅਗਾਂਹ ਕੋਈ ਵੀ ਕਿਤੇ ਵੀ ਨਹੀਂ ਲੈ ਕੇ ਗਏ, ਦਿੱਲੀ ਦੇ ਵਿੱਚ ਮੀਨਾ ਰੱਖ ਕੇ ਤੇ ਵਾਪਸੀ ਕਰ ਦਿੱਤਾ, ਜਿਹਨਾਂ ਦੇ ਕਾਰਨ ਮੇਰੇ ਪੁੱਤਰ ਦੀ ਮੌਤ ਹੋਈ ਹੈ। ਕਿਵੇਂ ਮਤਲਬ ਉਹਨੇ ਮੌਤ ਹੋਣ ਦਾ ਕਾਰਨ ਕੀ ਵੀ, ਕੋਈ ਦਵਾਈ ਸਪਰੇ ਪੀ ਲਈ ਜੀ? ਹਰਭਜਨ ਸਿੰਘ ਸੰਨੋ, ਗੁਰਚਰਨ ਸਿੰਘ, ਇਹਨੇ ਕੋਈ ਜੰਟ ਹੈਗਾ ਮੋਗੇ ਦਾ ਜੀ, ਵਿਸ਼ਾਲ ਧਵਨ, ਉਸ ਬੰਦੇ ਨੇ ਇਹਨਾਂ ਤੋਂ ਪੈਸੇ ਲੈ ਕੇ ਇਹਨਾਂ ਨੂੰ ਬਾਹਰ ਭੇਜਣ ਦਾ ਗੁਲਾਰਾ ਡੋਲਾ ਲਾਇਆ ਸੀ ਤੇ ਮਹੀਨਾ ਡੇਢ ਇਹਨੂੰ ਦਿੱਲੀ ਕਦੇ ਮੋਗੇ ਕਦੇ ਕਿਤੇ ਘੁਮਾ ਘੁਮੋਗੇ ਤੇ ਇਹਨੂੰ 6 ਤਰੀਕ ਨੂੰ ਵਾਪਸ ਭੇਜਤਾ ਤੇ ਇਹਨੇ ਘਰੇ ਆਉਂਦਿਆਂ ਦਵਾਈ ਕੋਈ ਨਸ਼ੀਲੀ ਚੀਜ਼ ਦਵਾਈ ਪੀ ਲਈ ਆ, ਉਹਦੇ ਨਾਲ ਇਹਦੀ ਮੌਤ ਹੋ ਗਈ ਆ। ਅਸੀਂ ਕਦਮਾਂ 306 IPC ਦਰਜ ਕਰ ਲਿਆ ਤੇ ਅਗਲੀ ਕਾਰਵਾਈ ਜਾਰੀ। ਉਹ ਬਾਹਰਲੇ ਦੇਸ਼ ਪੁਰਤਗਾਲ ਜਾਣ ਵਾਸਤੇ ਉਹਨੇ ਏਜੰਟ ਨਾਲ ਕੀਤੀ ਸੀ ਗੱਲਬਾਤ ਤੇ ਮੁੜ ਕੇ ਜੀ ਉਹਨਾਂ ਨੇ ਦੁਬਈ ਲਿਜਾ ਕੇ ਦੁਬਈ ਤੋਂ ਵਾਪਸ ਭੇਜਤਾ ਜੀ। 4,70,000 ਜਿਹੜਾ ਏਜੰਟ ਦੇ ਅਕਾਊਂਟ ਦੇ ਵਿੱਚ ਗਿਆ ਜੀ, ਠੱਗੀ ਮਾਰੀ ਆ, ਉਹਦੇ ਤੋਂ ਤੰਗ ਆ ਕੇ ਉਹਨੇ ਦਾਰੂ ਪੀ ਲਈ ਆ ਜਿਹੜੀ ਜ਼ਹਿਰੀਲੀ ਦਵਾਈ। ਮਾਮਲਾ ਦਰਜ ਹੋ ਗਿਆ ਸਰ, ਉਹਨਾਂ ਦੇ ਪਿਤਾ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 6 ਵਿਧਾਇਕਾਂ ਨੂੰ ਐਡਵਾਈਜ਼ਰ ਨਿਯੁਕਤ ਕੀਤਾ। ਵਿਰੋਧੀ ਪਾਰਟੀਆਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਹੀ ਖੋਲ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਮਜੀਠੀਆ ਤੋਂ ਵਿਧਾਇਕ ਵਿਕਰਮਜੀਤ ਸਿੰਘ ਮਜੀਠੀਆ ਨੇ ਤਾਂ ਇੱਕ ਪ੍ਰੈਸ ਕਾਨਫਰੰਸ ਹੀ ਕਰ ਦਿੱਤੀ ਹੈ। ਇਸੇ ਮੁੱਦੇ ਤੇ ਹੀ ਮਜੀਠੀਆ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਤਜਰਬਾ ਬਹੁਤ ਜ਼ਿਆਦਾ ਤੇ ਜਿਹੜੇ ਸਲਾਹਕਾਰ ਲਏ ਗਏ ਹਨ ਉਹ ਤਾਂ ਬਹੁਤ ਘੱਟ ਤਜਰਬੇਕਾਰ ਨੇ, ਉਹ ਕੀ ਸਲਾਹ ਦੇਣਗੇ ਕੈਪਟਨ ਅਮਰਿੰਦਰ ਸਿੰਘ ਨੂੰ? 2 ਵਾਰੀ ਉਹ ਮੁੱਖ ਮੰਤਰੀ ਬਣ ਹਟੇ ਆ ਤੇ 5-6 ਵਾਰੀ ਉਹ MLA ਬਣ ਹਟੇ। ਹੁਣ ਇਹ ਜਿਹੜੇ ਲਾਏ ਆ ਕੱਲ, ਜਿਨ੍ਹਾਂ ਨੇ 5 ਵਾਰੀ ਤਾਂ ਪਾਰਟੀਆਂ ਵਿੱਚੋਂ ਕਈ ਨੇ ਜਿਹੜੇ ਬਦਲ ਚੁੱਕੇ ਆ, ਦਲ ਬਦਲੂ ਬਦੇ ਬਾਦਸ਼ਾਹ ਨੇ, ਫਿਰ
बने भी कोई एक बारी एमएलए कोई दो बारी एमएलए है वो सीएम साहब नू केड़ी एह जी एडवाइस दे देंगे जिहड़ी सीएम साहब नू आप नहीं समझ आउंदी ते जे वो एडे सियाने ने जे वो एडे काबल ने फिर तो मैं समझदा सीएम साहब नू आप ही हाथ जोड़ के पासे हो जाना चाहिए क्योंकि उन्हां दा एक्सपीरियंस तो कह रहे नहीं ये कल दे दल बदलू दसणगे गड्डी किवें चलदी। विक्रम सिंह मजीठिया ने तो यह भी दावा कर दिता है कि जिस तरह के काम कैप्टन अमरिंदर सिंह करते दिखाई दे रहे ने विधायकां नूं मनाउंदे विखाई दिंदे ने यह गल तां स्पष्ट हुंदी है कि सरकार दी पुट्ठी गिनती शुरू हो चुकी है। अज मैं स्पष्ट तौर ते कह सकदा हां जिहड़े कल यह 6 एडवाइजर लाए है यह सरकार आईसीयू च है पुट्ठी गिनती शुरू हो गई है वेंटिलेटर ते लग गई है और ए ओ समय नू याद करा रही है जदों बीबी भट्ठल ते कैप्टन अमरिंदर सिंह दी खिचो तान आला समा 2004 च पैदा होया। उधर लोक इंसाफ पार्टी दे प्रधान सिमरजीत सिंह बैंस ने भी कैप्टन सरकार ते तिखे शब्दी हमले करने शुरू कर दिते ने। बैंस दा कहना है कि नवजोत सिंह सिद्धू तो बाद कांग्रेस विच वड्डी तड़ेबंदी उभर के सामने आई है इसे करके कुर्सी नू बचाउण दे लई कैप्टन अमरिंदर सिंह ने यह सलाहकार नियुक्त कीते ने। बहुत बड़ा गलत पंजाब जिहड़ा आर्थिक क्राइसिस दे विच बहुत बड़ा गलत फैसला लिया गया। एक पासे साडे कोले सरकारी मुलाजमान नूं देण लई तनखावां है नहीं, नगर निगम लुधियाणा दो दो तीन तीन महीने सरकारी मुलाजम धरने ला के अपनियां तनखावां लै रहे। पहला ही कैप्टन अमरिंदर सिंह ने अपनी ओएसडीआं दी फौज जिन्हां नूं कैबिनेट रैंक दित्ता होया, मेरा ख्याल कोई सीनियर वकील हाई कोर्ट दे विच इस मसले नूं लै के गए आ ते ए जिहड़ियां आपणियां नूं गुलछरे बंडन वालियां गल्लां, क्योंकि कांग्रेस दे अंदर बहुत वड्डी पद्धर ते धड़ेबाजी है। नवजोत सिद्धू तों बाद इह धड़ेबाजी कैप्टन अमरिंदर सिंह नूं जदों लगदा वी मेरी मुख्यमंत्री वाली कुर्सी हिलदी है, अपनी मुख्यमंत्री दी कुर्सी हिलण तों बचाउण वास्ते विधायकां नूं इह जिहड़े गफ्फे, इह पंजाब दे नाल वड्डा धरो, पंजाब दी पतली माड़ी आर्थिक हालत जिहदे वास्ते कैप्टन अमरिंदर ਕਰਦੇ ਸੀ, ਅੱਜ ਕਿਸਾਨ ਖੁਦਕੁਸ਼ੀਆਂ ਦੇ ਰਸਤੇ ਤੁਰਿਆ ਹੋਇਆ। ਇਹ ਬਹੁਤ ਵੱਡਾ ਇੱਕ ਡੈਂਟ ਸੱਟ ਮਾਰੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇਸ ਫੈਸਲੇ। You are watching NC7 News. To give advertisement for flash ad, video ad and paid stories on this channel, contact us on 9855858559.